ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਹਰਦੀਪ ਸਿੰਘ ਤੱਗੜ। ਦੇਸ਼ ਭਰ ਵਿੱਚ 2019 ਦੀਆਂ ਚੋਣਾਂ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਆਪਣਾ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਜੇਕਰ ਹਲਕਾ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ ਸਾਂਸਦ ਵਿਜੇ ਸਾਂਪਲਾ ਨੇ ਵੀ ਆਪਣੀ ਅਹਿਮ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜੇਕਰ ਗੱਲ ਕਰੀਏ ਫਗਵਾੜਾ ਸ਼ਹਿਰ ਦੀ ਤਾਂ ਵਿਜੇ ਸਾਂਪਲਾ ਨੇ ਮੰਨਿਆ ਜਾ ਸਕਦਾ ਹੈ ਕਿ ਫਗਵਾੜਾ ਸ਼ਹਿਰ ਨੂੰ ਮੁੱਖ ਟਾਰਗੇਟ ਕੀਤਾ ਹੋਇਆ ਹੈ। ਇਸ ਵਾਰ ਵੇਖਣ ਨੂੰ ਮਿਲਿਆ ਕਿ ਫਗਵਾੜਾ ਦੇ ਵੱਖ ਵੱਖ ਸਮਾਜਿਕ ਰਾਜਨੀਤਿਕ ਸਮਾਗਮਾਂ ਦੇ ਵਿੱਚ ਵਿਜੇ ਸਾਂਪਲਾ ਨੇ ਅਹਿਮ ਹਾਜ਼ਰੀ ਦਵਾਈ ਅਤੇ ਸੂਤਰਾਂ ਮੁਤਾਬਕ ਵਿਜੇ ਸਾਂਪਲਾ ਨੇ ਫਗਵਾੜਾ ਸ਼ਹਿਰ ਵਿੱਚ ਆਪਣੇ ਕਾਫੀ ਪੈਰ ਵੀ ਪਸਾਰ ਚੁੱਕੇ ਹਨ। ਪਰ ਵਿਜੇ ਸਾਂਪਲਾ ਨੂੰ ਇਸ ਵਾਰ ਚੋਣ ਲੜਨਾ ਕੋਈ ਸੌਖੀ ਗੱਲ ਨਹੀਂ ਹੋਵੇਗੀ, ਕਿਉਂਕਿ ਚਾਰ ਅਹਿਮ ਮੁੱਦੇ ਹਨ ਜਿਨ੍ਹਾਂ ਦਾ ਵਿਰੋਧ ਵੀ ਉਹਨਾਂ ਨੂੰ ਸਹਿਣਾ ਪੈ ਸਕੇਗਾ। ਜੇਕਰ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਹਾਈਵੇ ਦੇ ਪੁਲ ਦਾ, ਕਈ ਵਾਰ ਵਿਜੇ ਸਾਂਪਲਾ ਨੇ ਆਪਣੀਆਂ ਤਰੀਕਾਂ ਦੀ ਅਨਾਊਂਸਮੈਂਟ ਵੀ ਕੀਤੀ ਗਈ, ਪਰ ਪੁਲ ਜਿਉਂ ਦਾ ਤਿਉਂ ਹੈ। ਜੇਕਰ ਅਸੀਂ ਦੂਜੀ ਗੱਲ ਕਰੀਏ 2 ਅਪ੍ਰੈਲ ਦੇ ਭਾਰਤ ਬੰਦ ਦੇ ਮੁੱਦੇ ਨੂੰ ਲੈ ਕੇ, ਤੀਜੀ ਗੱਲ ਕਰਦੇ ਹਾਂ ਸੰਵਿਧਾਨ ਚੌਂਕ ਦੇ ਵਿੱਚ ਗੋਲੀ ਚੱਲੀ ਮ੍ਰਿਤਕ ਜਸਵੰਤ ਬੌਬੀ ਦੇ ਪਰਿਵਾਰ ਦੇ ਨਾਲ ਦੁੱਖ ਨਾ ਸਾਂਝਾ ਕਰਨਾ, ਅਤੇ ਚੌਥਾ ਅਤੇ ਅਹਿਮ ਮੁੱਦਾ ਜੋ ਕਿ ਫਗਵਾੜਾ ਦੇ ਵਿੱਚ ਆਪਸੀ ਭਾਜਪਾ ਦੀ ਗੁੱਟਬਾਜ਼ੀ, ਉਸ ਦਾ ਵੀ ਬਹੁਤ ਵੱਡੇ ਪੱਧਰ 'ਤੇ ਵਿਰੋਧ ਵਿਜੇ ਸਾਂਪਲਾ ਦੇ ਗਰੁੱਪ ਦਾ ਹੋ ਰਿਹਾ ਹੈ, ਉਸ ਬਾਰੇ ਵੀ ਤੁਹਾਨੂੰ ਅਸੀਂ ਜਾਣ ਕੇ ਦੇਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਵਿਜੇ ਸਾਂਪਲਾ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਅਤੇ ਸਾਂਝ ਟੀਵੀ ਦੇ ਸਟੂਡੀਓ ਆ ਕੇ ਆਪਣੀਆਂ ਵੱਖ ਵੱਖ ਸਟੇਟਮੈਂਟਾਂ ਦਿੱਤੀਆਂ। ਉਹਨਾਂ ਨੇ ਸਾਂਝ ਟੀਵੀ ਦੇ ਸਟੂਡੀਓ 'ਤੇ ਆ ਕੇ 30 ਅਕਤੂਬਰ ਨੂੰ ਮੰਨਿਆ ਸੀ ਕਿ ਪੁਲ ਦਾ ਟੈਂਡਰ ਲਾਇਆ ਜਾਵੇਗਾ ਅਤੇ 1 ਸਾਲ ਦੇ ਵਿੱਚ ਕੰਪਲੀਟ ਹੋ ਜਾਵੇਗਾ। ਉਸ ਤੋਂ ਪਹਿਲਾਂ ਸਤੰਬਰ ਮਹੀਨੇ ਦੀਆਂ ਅਤੇ ਉਸ ਤੋਂ ਪਹਿਲਾਂ ਵੀ ਕਈ ਤਰੀਕਾਂ ਅਨਾਊਂਸ ਕਰ ਚੁੱਕੇ ਹਨ। ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਵਿਜੇ ਸਾਂਪਲਾ ਦੀਆਂ ਵੱਖ ਵੱਖ ਸਟੇਟਮੈਂਟ ਜੋ ਉਹਨਾਂ ਨੇ ਪਹਿਲਾਂ ਦਿੱਤੀਆਂ। ਫਗਵਾੜੇ ਦੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ, ਕਿਉਂਕਿ ਮੈਂ ਜਦੋਂ ਪਿਛਲੀ ਵਾਰ ਇਹਨਾਂ ਦੇ ਲਘੂ ਉਦਯੋਗ ਭਾਰਤੀ ਦੇ ਕਾਰਜਕ੍ਰਮ 'ਚ ਆਇਆ ਸੀ, ਕੁਛ ਮੀਡੀਆ ਦੇ ਸਾਥੀ ਵੀ ਸੀ, ਉੱਥੇ ਵੀ ਮੈਂ ਕਿਹਾ ਸੀ ਕਿ ਇਸ ਮਹੀਨੇ ਦੇ ਵਿੱਚ ਹੀ ਇਸ ਦੀ ਘੋਸ਼ਣਾ ਹੋ ਜਾਏਗੀ, ਕਿਉਂਕਿ ਬਹੁਤ ਸਾਰੀ ਤੁਸੀਂ ਤੁਹਾਨੂੰ ਇਨਡਾਇਰੈਕਟ ਵੇ ਨਾਲ ਵੀ ਦੱਸਿਆ ਸੀ ਕਿ ਡਿਲੇ ਕਿਉਂ, ਔਰ ਕਿਉਂਕਿ ਉਹਨਾਂ ਸਾਰਿਆਂ ਕੋਲੋਂ NOC ਲੈਣ ਤੋਂ ਬਾਅਦ ਕਿ ਉਹ ਉਹਨਾਂ ਦੇ ਵੀ ਉਹ ਕੁਛ ਇਹਦੇ 'ਚ ਦਖਲਅੰਦਾਜ਼ੀ ਨਹੀਂ ਕਰਨਗੇ, ਪੁਰਾਣੀ ਕੰਪਨੀ ਕੋਈ ਇਹਦੇ 'ਚ ਨਹੀਂ ਕਰੇਗੀ, ਔਰ ਉਸ ਤੋਂ ਬਾਅਦ ਉਹਦੀ ਕਲੀਅਰਟੀ ਤੋਂ ਬਾਅਦ ਇਹ ਨਵਾਂ ਸਿਰੋਂ ਟੈਂਡਰ ਹੋਇਆ, ਔਰ ਜਿਹੜਾ 24 ਸਪਟੰਬਰ ਤੋਂ ਬਾਅਦ ਇਹ ਟੈਂਡਰ ਦੀ ਖੁੱਲ੍ਹੇਗਾ, ਉਹਦੇ ਬਾਅਦ ਘੋਸ਼ਣਾ ਹੋਏਗੀ ਔਰ ਇਹ 1 ਸਾਲ ਦੇ ਵਿੱਚ ਜਿਹੜਾ ਉਹਨੂੰ ਕੰਪਲੀਟ ਹੋ ਜਾਏਗਾ। ਇਹ 352.695 ਤੋਂ ਲੈ ਕੇ 354.43 ਤੱਕ ਇਹ ਜਿਹੜਾ ਐਲੀਵੇਟਡ ਰੋਡ, ਉਸ ਤੋਂ ਬਾਅਦ ਜਿਹੜਾ 355.4 'ਤੇ ਜਾ ਕੇ ਉੱਥੇ UV ਜਿਹੜਾ ਆਪਾਂ VUP ਵਹੀਕਲ ਅੰਡਰ ਪਾਸ, ਉਹ ਜਿਹੜਾ ਇਹ 1.5 ਕਿਲੋਮੀਟਰ ਪਾਪ ਉਹ ਸਿਵਲ ਹੋਸਪਿਟਲ ਵਾਲਾ UVP ਉਹ ਵੀ ਬਣੇਗਾ। ਇਹ ਟੈਂਡਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੇਂਜ ਕੀਤੀ, ਹੁਣ ਡਰਾਇੰਗ ਵੀ ਫਾਈਨਲ ਹੋ ਗਈ ਜੀ, ਔਰ ਅੱਜ ਦੀ ਡੇਟ 'ਚ ਅਸੀਂ ਕਹਿ ਸਕਦੇ ਹਾਂ ਕਿ ਉਹਦਾ ਟੈਂਡਰ ਜਿਹੜਾ ਆ ਉਹ ਓਪਨ ਈ ਟੈਂਡਰ ਦੇ ਵਿੱਚ ਜਿਹੜੀ ਗੌਰਮੈਂਟ ਦੀ ਸਾਈਡ ਦੇ ਉੱਤੇ ਖੁੱਲ੍ਹ ਗਿਆ, ਔਰ ਜਿਹੜਾ ਉਹ 30 ਅਕਤੂਬਰ ਨੂੰ ਉਹਦੀ ਲਾਸਟ ਡੇਟ ਰੱਖੀ ਗਈ ਹੈ, ਉਹ ਨੈੱਟ ਦੇ ਉੱਤੇ ਤੁਸੀਂ ਵੀ etender.in.nic.in ਤੇ ਜਾ ਕੇ ਦੇਖ ਸਕਦੇ ਹੋ ਕਿ ਉਹਦੀ ਡੇਟ ਆਫ ਲਾਸਟ ਜਿਹੜੀ ਹੈ ਓਪਨਿੰਗ ਕੀ ਹੈ ਜੀ। ਸੋ ਇਹ ਟੈਂਡਰ ਖੁੱਲ੍ਹਣ ਤੋਂ ਬਾਅਦ ਇਹ ਵੀ ਸ਼ੁਰੂ ਹੋ ਜਾਏਗਾ, ਔਰ ਇਸ ਦੀ ਜਿਹੜੀ ਮਿਆਦ ਹੈ ਕਿ ਇਸ ਨੂੰ ਟੈਂਡਰ ਪੁਲ ਨੂੰ ਬਣਾਉਣ ਦਾ 1 ਸਾਲ ਦੀ ਹੋਏਗੀ ਜੀ, ਜਾਣੀ ਜਿਸ ਦਿਨ ਟੈਂਡਰ ਖੁੱਲ੍ਹ ਜਾਂਦਾ ਉਸ ਦਿਨ ਤੋਂ 1 ਸਾਲ ਬਾਅਦ ਉਹ ਬਣਾਉਣ ਦਾ ਉਹਦਾ ਕੰਮ ਹੋ ਗਿਆ, ਤਾਂ ਅਗਲੇ 4 ਸਾਲ ਲਈ ਉਹਦੀ ਮੈਂਟੇਨੈਂਸ ਦਾ ਕੰਮ ਵੀ ਉਹੀ ਕੰਪਨੀ ਕਰੇਗੀ ਜਿਹੜੀ ਉਹਨੂੰ ਬਣਾਏਗੀ, ਭਾਵ 5 ਸਾਲ ਉਹ ਇਸੇ ਪੁਲ ਦੀ ਪੂਰੀ ਦੇਖ ਦੇਖ ਵੀ ਕਰੇਗੀ। ਸੋ ਇਹ ਮੁੱਖ ਰੂਪ ਦੇ ਵਿੱਚ ਇਹ ਕੰਮ ਜਿਹੜੇ ਅਸੀਂ ਕੀਤੇ ਨੇ ਫਗਵਾੜਾ ਲਈ। ਸੋ ਦੋਸਤੋ, ਤੁਸੀਂ ਵੇਖਿਆ ਕਿਵੇਂ ਵਿਜੇ ਸਾਂਪਲਾ ਜੀ ਨੇ ਆਪਣੀਆਂ ਵੱਖ ਵੱਖ ਸਟੇਟਮੈਂਟਾਂ ਦਿੱਤੀਆਂ, ਪਰ ਸਟੇਟਮੈਂਟਾਂ ਸਿਰਫ ਖੋਖਲੀਆਂ ਹੀ ਸਾਬਤ ਹੋਈਆਂ, ਕਿਉਂਕਿ ਅਜੇ ਤੱਕ ਵੀ ਪੁਲ ਦਾ ਕੰਮ ਸ਼ੁਰੂ ਨਹੀਂ ਹੋਇਆ। ਜਦੋਂ ਤਰੀਕਾਂ ਦੀ ਅਨਾਊਂਸਮੈਂਟ ਕੀਤੀ ਗਈ ਤਾਂ ਫਗਵਾੜਾ ਸ਼ਹਿਰ ਵਾਸੀਆਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਸੀ, ਉਹਨਾਂ ਦਾ ਮੰਨਣਾ ਸੀ ਕਿ ਚਲੋ ਵਿਜੇ ਸਾਂਪਲਾ ਜੀ ਦੇ ਉੱਦਮ ਸਦਕਾ ਸ਼ਹਿਰ ਨੂੰ ਵਧੀਆ ਖੂਬਸੂਰਤ ਬਣਾਇਆ ਜਾਵੇਗਾ। ਪਰ ਜਦੋਂ ਤਰੀਕਾਂ ਅਨਾਊਂਸ ਕੀਤੀਆਂ ਕੰਮ ਸ਼ੁਰੂ ਨਹੀਂ ਹੋਇਆ, ਤਾਂ ਲੋਕਾਂ ਵਿੱਚ ਵੀ ਕਾਫੀ ਨਿਰਾਸ਼ਾ ਸਾਹਮਣੀ ਕਰਨੀ ਪੈ ਰਹੀ ਹੈ। ਜੇਕਰ ਅਸੀਂ ਗੱਲ ਕਰੀਏ 2 ਅਪ੍ਰੈਲ ਦੇ ਵਿੱਚ SC Act ਨੂੰ ਲੈ ਕੇ ਵੱਡੇ ਪੱਧਰ 'ਤੇ ਭਾਰਤ ਨੂੰ ਬੰਦ ਕੀਤਾ ਗਿਆ, ਦਲਿਤ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਤਾਂ ਉਸ ਸਮੇਂ ਵੀ ਦਲਿਤ ਸਮਾਜ ਦੇ ਆਗੂਆਂ ਨੇ ਵੱਖ ਵੱਖ ਪਿੰਡਾਂ ਸ਼ਹਿਰਾਂ ਮੁਹੱਲਿਆਂ ਵਿੱਚ ਪੋਸਟਰ ਵੀ ਲਾਏ ਸਨ ਕਿ ਭਾਜਪਾ ਦਾ ਵਿਰੋਧ ਕਰੋ, ਕਿਉਂਕਿ ਉਸ ਵਕਤ ਭਾਜਪਾ ਦੇ ਲੀਡਰਾਂ ਨੇ ਦਲਿਤ ਸਮਾਜ ਦੇ ਵਿੱਚ ਜਿਹੜਾ ਕਿ ਆਗੂਆਂ ਦਾ ਮੰਨਣਾ ਕਿ ਕਾਫੀ ਸਹਿਯੋਗ ਸਾਨੂੰ ਨਹੀਂ ਮਿਲਿਆ। ਪਰ ਵਿਜੇ ਸਾਂਪਲਾ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਸਫਾਈ ਦਿੱਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਾਫੀ ਉਪਰਾਲੇ ਕਰ ਰਹੇ ਆ ਜੋ ਕਿ ਐਸ ਸੀ ਐਕਟ ਨੂੰ ਮਜ਼ਬੂਤ ਕੀਤਾ। ਉਹਨਾਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਨ੍ਹਾਂ ਨੇ ਦਲਿਤ ਸਮਾਜ ਦੇ ਹੱਕ ਵਿੱਚ ਐਸ ਸੀ ਐਕਟ ਨੂੰ ਮਜ਼ਬੂਤੀ ਨਾਲ ਲੈ ਕੇ ਆਏ ਹਨ। ਉਸ ਤੋਂ ਬਾਅਦ ਫਗਵਾੜਾ ਦੇ ਵਿੱਚ ਅਹਿਮ ਮੁੱਦਾ ਉੱਠਿਆ ਫਗਵਾੜਾ ਗੋਲੀਕਾਂਡ ਦੇ ਨਾਮ 'ਤੇ, ਕਿਉਂਕਿ ਸੰਵਿਧਾਨ ਚੌਂਕ ਨੂੰ ਲੈ ਕੇ ਗੋਲੀ ਚੱਲਣ ਤੋਂ ਬਾਅਦ ਨੌਜਵਾਨ ਜਸਵੰਤ ਬੌਬੀ ਦੀ ਮੌਤ ਹੋ ਗਈ। ਮ੍ਰਿਤਕ ਜਸਵੰਤ ਬੌਬੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਨਾ ਸਾਂਝਾ ਕਰਨਾ ਵੀ ਵਿਜੇ ਸਾਂਪਲਾਂ ਲਈ ਅਹਿਮ ਵਿਰੋਧਤਾ ਖੜ੍ਹੀ ਹੋ ਰਹੀ ਹੈ। ਜਦੋਂ ਮ੍ਰਿਤਕ ਜਸਵੰਤ ਬੌਬੀ ਦੇ ਪਰਿਵਾਰਕ ਮੈਂਬਰਾਂ ਅਤੇ ਦਲਿਤ ਸਮਾਜ ਦੇ ਆਗੂਆਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਕਾਫੀ ਸਾਡੇ ਸਮਾਜ ਵਿੱਚ ਰੋਸ ਹੈ ਕਿ ਸਾਡੇ ਸਮਾਜ ਦਾ ਇੱਕ ਬਹੁਤ ਵੱਡੇ ਪੱਧਰ 'ਤੇ ਲੀਡਰ ਪਹੁੰਚ ਚੁੱਕਾ ਪਰ ਅਜੇ ਤੱਕ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕਰਨ ਆਇਆ। ਉਸ ਤੋਂ ਬਾਅਦ ਜਦੋਂ ਸਾਂਝ ਟੀਵੀ ਦੇ ਸੀਨੀਅਰ ਪੱਤਰਕਾਰ ਮਨੀਸ਼ ਚੱਡਾ ਨੇ ਵਿਜੇ ਸਾਂਪਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਬਾਰੇ ਅਹਿਮ ਖੁਲਾਸੇ ਕੀਤੇ। ਵਿਜੇ ਸਾਂਪਲਾ ਦਾ ਕਹਿਣਾ ਸੀ ਕਿ ਮੇਰਾ ਸਮਾਜ ਮੈਨੂੰ ਵੱਢੇ ਮਾਰੇ ਕੁੱਟੇ ਕੋਈ ਤੰਗੀ ਨਹੀਂ, ਕਿਉਂਕਿ ਮੇਰਾ ਸਮਾਜ ਹੈ, ਮੈਂ ਜਾਵਾਂਗਾ। ਮੈਂ ਜਾਣਾ ਵੀ ਚਾਹੁੰਦਾ ਸੀ ਪਰ ਮੌਕੇ ਦੇ ਐਸ ਡੀ ਐਮ, ਐਸ ਐਸ ਪੀ ਅਤੇ ਡੀ ਸੀ ਨੇ ਮੈਨੂੰ ਰੋਕਿਆ, ਜਿਸ ਕਾਰਨ ਮੈਂ ਨਹੀਂ ਜਾ ਸਕਿਆ। ਉਹਨਾਂ ਨੇ ਹੋਰ ਵੀ ਐਸ ਸੀ ਸਮਾਜ ਦੇ ਆਗੂਆਂ ਦੇ ਨਾਮ ਲਏ ਜਿਨ੍ਹਾਂ ਦੇ ਕਾਰਨ ਉਹ ਉੱਥੇ ਨਹੀਂ ਪਹੁੰਚੇ। ਵਿਜੇ ਸਾਂਪਲਾ ਨੇ ਕਿਹਾ ਕਿ ਉਹਨਾਂ ਨੇ ਪੈਸੇ ਵੀ ਇਕੱਠੇ ਕੀਤੇ ਹੋਏ ਸਨ, ਉਹ ਪੈਸੇ ਵੀ ਪਰਿਵਾਰ ਨੂੰ ਦੇਣੇ ਸਨ, ਪਰ ਇਹਨਾਂ ਦੇ ਰੋਕਣ ਦੇ ਕਾਰਨ ਮੈਂ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਨਹੀਂ ਕਰ ਸਕਿਆ। ਇੱਕ ਬਹੁਤ ਵੱਡੀ ਸਮੱਸਿਆ ਜੋ ਕਿ ਚੌਥਾ ਮੁੱਦਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਫਗਵਾੜਾ ਦੇ ਵਿੱਚ ਐੱਮ ਐੱਲ ਏ ਸੋਮ ਪ੍ਰਕਾਸ਼ ਭਾਜਪਾ ਦੇ ਮੌਜੂਦਾ, ਉਹਨਾਂ ਨਾਲ ਵੀ ਕਾਫੀ ਵੱਡੇ ਪੱਧਰ 'ਤੇ ਗੁੱਟਬਾਜ਼ੀ ਹੈ। ਪਿਛਲੇ ਕੁਝ ਸਮੇਂ ਪਹਿਲਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਮੀਟਿੰਗ ਵੀ ਹੋਈ, ਵੱਡੇ ਆਗੂ ਵੀ ਭਾਜਪਾ ਦੇ ਪਹੁੰਚੇ। ਉਹਨਾਂ ਨੇ ਇਹਨਾਂ ਨੂੰ ਸਮਝਾਇਆ ਵੀ ਕਿ ਕਿਸੇ ਨਾ ਕਿਸੇ ਲੀਡਰ ਨੂੰ ਤਾਂ ਰੋਕਣਾ ਹੀ ਪਵੇਗਾ। ਸੋਮ ਪ੍ਰਕਾਸ਼ ਦੀ ਇਲੈਕਸ਼ਨ ਹੋਈ ਤਾਂ ਵਿਜੇ ਸਾਂਪਲਾ ਨੇ ਕਾਫੀ ਵਿਰੋਧ ਕੀਤਾ, ਜਦੋਂ ਵਿਜੇ ਸਾਂਪਲਾ ਦੀ ਇਲੈਕਸ਼ਨ ਹੋਈ ਤਾਂ ਸੋਮ ਪ੍ਰਕਾਸ਼ ਉਹਨਾਂ ਨੇ ਵੀ ਕਾਫੀ ਵਿਰੋਧ ਕੀਤਾ ਸੀ। ਸੋ ਵੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਮ ਪ੍ਰਕਾਸ਼ ਕੀ ਰੁੱਖ ਅਖਤਿਆਰ ਕਰਦੇ ਹਨ। ਵਿਜੇ ਸਾਂਪਲਾ ਨੇ ਸਾਡੇ ਸਟੂਡੀਓ ਵਿੱਚ ਆ ਕੇ ਕਿਹਾ ਸੀ ਕਿ ਸਾਡੀ ਜਿਹੜੀ ਕੋਈ ਭਾਜਪਾ ਦੀ ਗੁੱਟਬਾਜ਼ੀ ਫਗਵਾੜਾ ਵਿੱਚ ਨਹੀਂ, ਸਾਡਾ ਆਪਸੀ ਪਿਆਰ ਹੈ, ਮਾੜੀ ਮੋਟੀ ਗੁੱਟਬਾਜ਼ੀ ਹੁੰਦੀ ਹੈ। ਪਰ ਅਜੇ ਤੱਕ ਸੋਮ ਪ੍ਰਕਾਸ਼ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਅਜੇ ਤੱਕ ਵੀ ਸੋਮ ਪ੍ਰਕਾਸ਼ ਦੇ ਜਿਹੜੇ ਕਿ ਕਾਫੀ ਮਨ ਵਿੱਚ ਗੁੱਸਾ ਹੈ, ਮਨ ਮੁਟਾਵ ਹੈ, ਉਹ ਅਜੇ ਤੱਕ ਇਸ ਗੱਲ ਨੂੰ ਕਲੀਅਰ ਨਹੀਂ ਕਰ ਰਹੇ। ਆਹ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜੋ ਕਿ ਸਾਂਝ ਟੀਵੀ ਦੇ ਸੀਨੀਅਰ ਪੱਤਰਕਾਰ ਮਨੀਸ਼ ਚੱਡਾ ਨੇ ਵਿਜੇ ਸਾਂਪਲਾ ਨਾਲ ਫੋਨ 'ਤੇ ਕੀਤੀ ਗੱਲਬਾਤ। ਹਾਂਜੀ ਚੱਡਾ ਜੀ, ਨਮਸਤੇ ਜੀ। ਨਮਸਤੇ ਜੀ, ਇੱਕ ਛੋਟਾ ਜਿਹਾ ਪ੍ਰਸ਼ਨ ਪੁੱਛਣਾ ਸੀ ਤੁਹਾਨੂੰ। ਪੁੱਛੋ ਜੀ। ਇੱਕ ਜਿਹੜਾ ਆਪਣਾ ਗੋਲ ਚੌਂਕ ਦੇ ਪੁੱਲ ਦਾ ਮੁੱਦਾ ਔਰ ਫਗਵਾੜਾ ਜਿਹੜਾ ਗੋਲੀਕਾਂਡ ਹੋਇਆ ਸੀ ਉਹਦੇ ਵਿੱਚ ਤੁਸੀਂ ਐਸ ਸੀਆਂ ਦੇ ਘਰ ਨਹੀਂ ਗਏ, ਉਹਦਾ ਕੋਈ ਆਪਾਂ ਨੂੰ ਇਲੈਕਸ਼ਨ ਵਿੱਚ ਨੁਕਸਾਨ ਹੋਏਗਾ ਜੀ? ਤੁਹਾਨੂੰ ਕਹਿਣਗੇ ਮੈਂ ਨਹੀਂ ਘਰ ਗਿਆ, ਪਤਾ ਲੱਗਾ ਸੀਗਾ ਜੀ, ਕਹਿੰਦੇ ਉਹਨਾਂ ਦੇ ਘਰ ਵੀ ਨਹੀਂ ਗਏ। ਮੈਂ ਉਹਨਾਂ ਦੇ ਘਰ ਜਾਣ ਲਈ ਐਸ ਡੀ ਐਮ ਸਾਰਿਆਂ ਨੂੰ ਕਿਹਾ, ਮੈਨੂੰ ਡੀ ਸੀ ਨੇ ਵੀ ਰੋਕਿਆ, ਮੈਨੂੰ ਐਸ ਐਸ ਪੀ ਨੇ ਵੀ ਰੋਕਿਆ। ਉਸ ਤੋਂ ਬਾਅਦ ਮੈਂ ਭੋਗ ਦੇ ਉੱਤੇ ਵੀ ਉੱਥੇ ਜਦੋਂ ਆ ਰਿਹਾ ਸੀ ਤੇ ਮੈਨੂੰ ਕਹਿੰਦੇ ਨਾ ਆਓ, ਮੈਂ ਕਿਹਾ ਮੈਂ ਤਾਂ ਆਣਾ ਕਿਉਂਕਿ ਮੇਰਾ ਸਮਾਜ ਮੈਨੂੰ ਕੁੱਟੇ ਮਾਰੇ ਵੱਡੇ ਜੋ ਮਰਜ਼ੀ ਕਿਤੇ ਜਾਣਾ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ ਕਰਾਇਆ ਕਿ ਸਮਾਜ ਦੇ ਲੋਕ ਚਾਹੁੰਦੇ ਕਿ ਤੁਸੀਂ ਨਾ ਆਓ। ਠੀਕ ਹੈ ਜੀ। ਫਿਰ ਮੈਂ ਨਹੀਂ ਗਿਆ, ਫਿਰ ਉਸ ਜਦੋਂ ਮੇਰੇ ਉਹ ਕਹਿਣਗੇ ਕਿ ਨਾ ਆਓ, ਅਸੀਂ ਨਹੀਂ ਆਣ, ਮਤਲਬ ਠੀਕ ਨਹੀਂ ਲੱਗਦਾ, ਫਿਰ ਮੈਂ ਨਹੀਂ ਆਵਾਂਗਾ। ਠੀਕ ਹੈ ਨਾ। ਰਾਜਕੁਮਾਰ ਜੀ ਨੇ ਕਿਹਾ ਸੀ ਕਿ ਤੁਹਾਡੀ ਕੋਈ ਬੇਇੱਜ਼ਤੀ ਕਰੇਗਾ ਤਾਂ ਸਾਡੇ ਲਈ ਸਮੱਸਿਆ ਹੋਏਗੀ, ਇਸ ਕਰਕੇ ਸਾਡੀ ਰਿਕੁਐਸਟ ਹੈ ਤੁਸੀਂ ਨਾ ਆਓਗੇ ਫਿਰ ਅਸੀਂ ਤੁਹਾਨੂੰ ਬੁਲਾਵਾਂਗੇ। ਉਸ ਤੋਂ ਬਾਅਦ ਮੈਂ ਐਸ ਡੀ ਐਮ ਨੂੰ ਪੁੱਛ ਲਿਓ ਕਿ ਮੇਰੇ ਕੋਲ ਤਾਂ ਪੈਸੇ ਵੀ ਮੈਂ ਉਹਨਾਂ ਲਈ ਲੈ ਕੇ ਆਇਆ ਸੀ, ਉਹਨਾਂ ਨੇ ਲੈਣ ਤੋਂ ਇਨਕਾਰ ਕਰਤਾ। ਚਲੋ ਠੀਕ ਹੈ ਜੀ। ਇੱਕ ਆਪਣਾ ਪੁੱਲ ਦੇ ਮੁੱਦੇ ਉੱਤੇ ਆਪਾਂ ਨੂੰ ਕੋਈ ਨੁਕਸਾਨ ਹੋਏਗਾ ਜੀ? ਕਿਉਂ ਨੁਕਸਾਨ ਕਿਉਂ ਹੋਏਗਾ? ਜਿੱਦਾਂ ਤੁਸੀਂ ਕਹਿ ਰਹੇ ਵਾਰ ਵਾਰ ਆ ਗਏ ਜੀ, ਪੁੱਲ ਬਣੇਗਾ ਪੁੱਲ ਬਣੇਗਾ, ਲੋਕੀ ਕਹਿੰਦੇ ਕਿ ਸਾਂਪਲਾ ਜੀ ਆਉਂਦੇ ਵਾਰ ਵਾਰ ਕਹਿ ਜਾਂਦੇ ਆ ਪੁੱਲ ਨਹੀਂ ਬਣਦਾ, ਫਿਰ ਕੀ ਹੋ ਗਿਆ? ਪੁੱਲ ਸਾਡਾ ਕੰਮ, ਪ੍ਰਯਾਸ ਕਰਨਾ, ਇੱਕ ਐਮ ਪੀ ਦਾ ਕੰਮ ਹੁੰਦਾ, ਦੌੜ ਲਗਾਉਣਾ ਔਰ ਬਣਾਉਣਾ ਔਰ ਬਣਾਵਾਂਗੇ। ਠੀਕ ਹੈ ਜੀ। ਤੇ ਇੱਕ ਹੋਰ ਹੈ ਜੀ, ਮੇਰੀ ਪਹਿਲਾਂ ਗੱਲ ਸੁਣੋ। ਹਾਂਜੀ। ਪੁੱਲ ਐਮ ਪੀ ਨੇ ਨਹੀਂ ਬਣਾਉਣਾ ਹੁੰਦਾ, ਪੁੱਲ ਐਮ ਪੀ ਨੇ ਉਹਦੇ ਲਈ ਪ੍ਰਯਾਸ ਕਰਨਾ ਔਰ ਉਸ ਪ੍ਰਯਾਸ ਲਈ ਪੂਰੀ ਤਰ੍ਹਾਂ ਦਿਲੋਂ ਜਾਨ ਨਾਲ ਲਗਾਇਆ ਔਰ ਕਰਾਉਣ ਦੀ ਪੂਰੀ ਸਥਿਤੀ ਦੇ ਵਿੱਚ ਹੈਗੇ ਆ, ਟੈਂਡਰ ਲੱਗ ਗਿਆ, ਖੁੱਲੇਗਾ, ਐਸਾ ਉਹਨਾਂ ਨੇ ਮੈਨੂੰ ਦੱਸਿਆ। ਠੀਕ ਹੈ ਜੀ। ਠੀਕ ਹੈ। ਇਹ ਨਹੀਂ ਕਹਿ ਸਕਦੇ ਕਿ ਤੁਸੀਂ ਬਣਾਇਆ ਨਹੀਂ, ਜੇ ਨਹੀਂ ਬਣਾਇਆ ਪੁੱਲ, ਅਸੀਂ ਪ੍ਰਯਾਸ ਕਰਨਾ ਹੁੰਦਾ, ਬਣਾਉਣਾ ਤਾਂ ਨਹੀਂ ਹੁੰਦਾ ਕੁਛ ਵੀ, ਤੁਸੀਂ ਕੋਈ ਮੇਰੀ ਗਲੀ ਨਹੀਂ। ਹਾਂ ਬਿਲਕੁਲ ਜੀ। ਤੇ ਇੱਕ ਸੂਤਰ ਦੱਸ ਰਿਹਾ ਜੀ, ਹਲਕਾ ਵਿਧਾਇਕ ਸੋਮ ਪ੍ਰਕਾਸ਼ ਜੀ ਵੀ ਟਿਕਟ ਦੇ ਦਾਅਵੇਦਾਰ, ਹਾਈ ਕਮਾਨ ਦੇ ਵਿੱਚ ਉਹਨਾਂ ਨੇ ਵੀ ਜ਼ੋਰ ਲਾਇਆ ਵਾ ਪੂਰਾ ਟਿਕਟ ਦੇ ਲਈ, ਕਿਸੇ ਨੂੰ ਕੋਈ ਰੋਕ ਥੋੜ੍ਹਾ ਸਕਦਾ? ਠੀਕ ਹੈ ਜੀ। ਹਾਂ ਬਿਲਕੁਲ ਜੀ, ਤੁਸੀਂ ਕਹੋਗੇ ਮੈਂ ਲੈਣੀ ਹੈ, ਮੈਂ ਤੁਹਾਨੂੰ ਰੋਕੂੰਗਾ। ਬਿਲਕੁਲ ਜੀ ਬਿਲਕੁਲ। ਠੀਕ ਹੈ। ਠੀਕ ਹੈ ਸਰ। ਠੀਕ ਹੈ ਜੀ, ਥੈਂਕ ਯੂ ਜੀ, ਮੇਰੀਆਂ ਸ਼ੁਭਕਾਮਨਾਵਾਂ ਹੋਣਗੀਆਂ। ਠੀਕ ਹੈ ਜੀ। ਠੀਕ ਹੈ ਜੀ, ਜੇ ਉਹਨਾਂ ਨੂੰ ਟਿਕਟ ਮਿਲੇਗੀ ਮੇਰੀਆਂ ਸ਼ੁਭਕਾਮਨਾਵਾਂ ਹੋਣਗੀਆਂ। ਠੀਕ ਹੈ ਜੀ, ਧੰਨਵਾਦ ਜੀ। ਓਕੇ ਓਕੇ।
ਸੋ ਦੋਸਤੋ ਤੁਸੀਂ ਸੁਣੀ ਜੋ ਮਨੀਸ਼ ਚੱਡਾ ਅਤੇ ਵਿਜੇ ਸਾਂਵਲਾ ਜੀ ਦੇ ਦਰਮਿਆਨ ਇਹ ਗੱਲਬਾਤ ਹੋਈ। ਇਸ ਵਿੱਚ ਅਹਿਮ ਖੁਲਾਸਾ ਵੀ ਵਿਜੇ ਸਾਂਵਲਾ ਨੇ ਕੀਤਾ ਜੋ ਕਿ ਉਹ ਮ੍ਰਿਤਕ ਪਰਿਵਾਰ ਜਸਵੰਤ ਬੋਵੀ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਸਨ, ਪਰ ਜੋ ਕਿ ਮੌਜੂਦਾ SDM SSP ਅਤੇ DC ਦੇ ਫੋਨ 'ਤੇ ਰੋਕਣ ਦੇ ਕਾਰਨ ਉਹ ਪਰਿਵਾਰ ਨੂੰ ਨਹੀਂ ਮਿਲ ਸਕੇ। ਉਸ ਵਕਤ ਕਈ ਦਲਿਤ ਸਮਾਜ ਦੇ ਆਗੂਆਂ ਨੇ ਵੀ ਫੋਨ ਕਰਕੇ ਕਿਹਾ ਕਿ ਸਾਂਵਲਾ ਜੀ ਤੁਸੀਂ ਇੱਥੇ ਨਾ ਆਓ ਅਤੇ ਮੈਂ ਨਹੀਂ ਜਾ ਸਕਿਆ, ਪਰ ਮੇਰੇ ਮਨ ਵਿੱਚ ਕਾਫੀ ਦੁੱਖ ਸੀ, ਮੈਂ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ। ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਮੈਨੂੰ ਵੱਡੇ ਮਾਰੇ ਕੁੱਟੇ ਮੇਰਾ ਪਰਿਵਾਰ ਹੈ। ਇਹ ਵੀ ਅਹਿਮ ਗੱਲਾਂ ਕੀਤੀਆਂ ਅਤੇ ਸਾਂਵਲਾ ਜੀ ਨੇ ਕਿਹਾ ਕਿ ਉਹ ਮਾਲੀ ਸਹਾਇਤਾ ਵੀ ਕਰਨਾ ਚਾਹੁੰਦੇ ਸਨ ਪਰਿਵਾਰ ਦੀ, ਪਰ ਇਹਨਾਂ ਕਾਰਨਾਂ ਕਰਕੇ ਉਹ ਨਹੀਂ ਪਹੁੰਚ ਸਕੇ। ਉਸ ਤੋਂ ਬਾਅਦ ਜਦੋਂ ਅਸੀਂ ਪੁਲ ਦੀ ਗੱਲ ਕੀਤੀ ਤਾਂ ਪੁਲ ਦਾ ਉਹਨਾਂ ਨੇ ਕਾਫੀ ਤੁਸੀਂ ਸੁਣਿਆ ਜਵਾਬ ਦਿੱਤਾ ਕਿ ਉਹ ਇੱਕ MP ਹਨ, ਉਹ ਪ੍ਰਯਾਸ ਕਰ ਰਹੇ ਹਨ ਜਲਦ ਤੋਂ ਜਲਦ ਪੁਲ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇਗਾ, ਪਰ ਇਹਦਾ ਵੇਖਣਾ ਇਹ ਹੋਵੇਗਾ ਕਿ ਇਲੈਕਸ਼ਨ ਤੋਂ ਪਹਿਲਾਂ ਕੰਮ ਸ਼ੁਰੂ ਹੋਵੇਗਾ ਨਹੀਂ ਤਾਂ। ਇਹ ਵੀ ਇੱਕ ਅਹਿਮ ਮੁੱਦਾ ਰਹੇਗਾ ਇਲੈਕਸ਼ਨ ਦੇ ਵਿੱਚ। ਕਾਫੀ ਵੱਡਾ ਜਿਹੜਾ ਮੁੱਦਾ ਸੋਮ ਪ੍ਰਕਾਸ਼ ਜੀ ਦਾ ਹੋਇਆ, ਉਸ ਬਾਰੇ ਵੀ ਸਾਡੇ ਪੱਤਰਕਾਰ ਨੇ ਗੱਲ ਕੀਤੀ ਕਿ ਸੂਤਰਾਂ ਤੋਂ ਪਤਾ ਲੱਗਾ ਸੋਮ ਪ੍ਰਕਾਸ਼ ਜੀ MP ਦੀ ਇਲੈਕਸ਼ਨ ਲੜਨਾ ਚਾਹੁੰਦੇ ਹਨ, ਤਾਂ ਤੁਹਾਡਾ ਕੀ ਖਿਆਲ ਹੈ? ਤਾਂ ਉਹਨਾਂ ਨੇ ਕਿਹਾ ਕਿ ਜੇਕਰ ਸੋਮ ਪ੍ਰਕਾਸ਼ ਜੀ ਇਲੈਕਸ਼ਨ ਲੜਦੇ ਆ ਤਾਂ ਉਹਨਾਂ ਦੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਹਨ। ਸੋ ਦੋਸਤੋ, ਇਹ ਤਾਂ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਜੇ ਸਾਂਵਲਾ ਇਹਨਾਂ ਚਾਰ ਮੁੱਦਿਆਂ 'ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਮੈਨੇਜ ਕਰਦੇ ਆ। ਜੇਕਰ ਮੈਨੇਜ ਕਰਦੇ ਆ ਤਾਂ ਇਲੈਕਸ਼ਨ ਦੇ ਵਿੱਚ ਥੋੜ੍ਹੀ ਜਿਹੀ ਆਸਾਨੀ ਹੋਵੇਗੀ। ਜੇਕਰ ਇਹ ਚਾਰੇ ਮੁੱਦਿਆਂ 'ਤੇ ਭਾਜਪਾ ਦੀ ਗੁੱਟਬਾਜ਼ੀ ਨੂੰ ਨਾ ਖਤਮ ਕੀਤਾ ਗਿਆ, ਦਲਿਤ ਸਮਾਜ ਦੇ ਆਗੂਆਂ ਦੇ ਨਾਲ ਜੋ ਮਨਾਂ ਵਿੱਚ ਰੋਸ ਆ ਨਾ ਦੂਰ ਕੀਤਾ ਗਿਆ, ਜੋ ਉਹਨਾਂ ਨੇ ਅਹਿਮ ਆਪਣੇ ਮੁੱਦੇ ਗਣਾਏ ਆ, ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਨਾ ਪੂਰੇ ਕੀਤੇ ਗਏ, ਤਾਂ ਇਹ ਵੀ ਇੱਕ ਉਹਨਾਂ ਲਈ ਵੱਡੀ ਸਮੱਸਿਆ ਹੋ ਸਕਦੀ ਹੈ। ਸੋ ਦੋਸਤੋ, ਇਹੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਧੰਨਵਾਦ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।